ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਮੈਂ ਤੁਹਾਡੇ ਨਾਲ ਏ ਲਾਈਨ ਸ਼ਰਟ ਦੀ ਕਟਿੰਗ ਅਤੇ ਸਟਿਚਿੰਗ ਸ਼ੇਅਰ ਕਰਨ ਲੱਗੀ ਹਾਂ, ਜਿਹੜੀ ਮੈਂ ਇਹ ਦੁਪੱਟੇ ਦੇ ਨਾਲ ਰੈਡੀ ਕਰਨੀ ਆ। ਇਹ ਦੁਪੱਟਾ ਪ੍ਰਿੰਟਡ ਦੁਪੱਟਾ ਅਤੇ ਇਹਦੇ 'ਤੇ ਇਹ ਰੈੱਡ ਕਲਰ ਦਾ ਬੋਰਡਰ ਲੱਗਿਆ ਹੋਇਆ ਵਾ, ਜਿਹਨੂੰ ਮੈਂ ਨਾ ਪਹਿਲਾਂ ਕੱਟ ਲੈਣਾ ਬੋਰਡਰ ਨੂੰ, ਅਤੇ ਇਹਨੂੰ ਕੱਟ ਕੇ ਮੈਂ ਜਿਵੇਂ ਸੈਪਰੇਟ ਕਰ ਲੈਣਾ, ਅਤੇ ਫਿਰ ਉਹ ਤੋਂ ਬਾਅਦ 'ਚ ਆਪਾਂ ਇਹਨੂੰ ਯੂਜ਼ ਕਰਾਂਗੇ ਸ਼ਰਟ ਦੇ ਵਿੱਚ, ਹੈ ਨਾ। ਅਤੇ ਇਸ ਤਰ੍ਹਾਂ ਦੋਵਾਂ ਸਾਈਡਾਂ ਦਾ ਬੋਰਡਰ ਮੈਂ ਕੱਟ ਕੇ ਉਹਨੂੰ ਸਾਈਡ 'ਤੇ ਰੱਖ ਲਿਆ, ਅਤੇ ਦੁਪੱਟੇ ਨੂੰ ਫੋਲਡ ਕਰਕੇ ਉਹਦਾ ਜਿਹੜਾ ਸ਼ਰਟ ਦਾ ਫਰੰਟ ਅਤੇ ਬੈਕ ਦੋਵੇਂ ਫੋਲਡ ਕਰਕੇ ਰੱਖ ਲਿਆ ਮੈਂ। ਅਤੇ ਜਿਨ੍ਹਾਂ ਦੀ ਲੈਂਥ ਹੈਗੀ ਆ 42 ਇੰਚ ਐਂਡ ਇਹਦੀ ਚੌੜਾਈ ਆ ਜਿਹੜੀ ਉਹ ਹੈਗੀ ਆ 16.5 ਇੰਚ। ਅਤੇ ਹੁਣ ਮੈਂ ਤੀਰੇ ਦਾ ਨਿਸ਼ਾਨ ਲਾਉਣ ਲੱਗੀ ਹਾਂ 7.5 ਇੰਚ 'ਤੇ। ਅਤੇ 7.5 ਇੰਚ 'ਤੇ ਹੀ ਜਿਹੜਾ ਹੈਗਾ ਉਹ ਆਮ ਹੋਲ ਦਾ ਨਿਸ਼ਾਨ ਲੱਗੂਗਾ, ਬਿਕੋਜ਼ ਜਿੰਨਾ ਉੱਪਰੋਂ ਤੀਰਾ ਹੁੰਦਾ ਓਨਾ ਹੀ ਆਪਾਂ ਥੱਲੇ ਨੂੰ ਆਮ ਹੋਲ ਦਾ ਨਿਸ਼ਾਨ ਵੀ ਲਾਉਂਦੇ ਹਾਂ। ਅਤੇ ਇਹ ਤੋਂ ਬਾਅਦ 'ਚ ਮੇਰਾ ਇਹ ਚੈਸਟ ਦਾ ਨਿਸ਼ਾਨ ਆ ਜਿਹੜਾ ਉਹ 10.5 ਇੰਚ 'ਤੇ ਮੈਂ ਮਾਰਕ ਕੀਤਾ, ਅਤੇ ਉਹ ਤੋਂ ਬਾਅਦ 'ਚ ਮੈਂ ਇਹ ਜਿਹੜੀ ਮੋਢਿਆਂ ਦੀ ਇਹ ਗੁਲਾਈ ਦੇ ਲਈ ਆ ਇੱਥੋਂ। ਅਤੇ ਉਹ ਤੋਂ ਬਾਅਦ 'ਚ ਆਪਾਂ ਸ਼ੋਲਡਰ ਤੋਂ 14 ਇੰਚ 'ਤੇ ਆਪਾਂ ਮਾਰਕ ਕਰਾਂਗੇ ਇੱਥੇ ਜਿਹੜਾ ਫਿਟਿੰਗ ਦਾ ਨਿਸ਼ਾਨ ਆ ਉਹਦੇ ਵਾਸਤੇ, ਅਤੇ ਉਹ ਤੋਂ ਬਾਅਦ 'ਚ 20 ਇੰਚ ਮਾਰਕ ਕਰਾਂਗੇ ਆਪਣੇ ਕਮਰ ਦੇ ਨਿਸ਼ਾਨ ਵਾਸਤੇ, ਹੈ ਨਾ। ਅਤੇ ਹੁਣ ਮੇਰਾ ਜਿਹੜਾ ਇਹ ਫਿਟਿੰਗ ਦਾ ਨਿਸ਼ਾਨ ਆ ਉਹ ਮੈਂ 9 ਇੰਚ 'ਤੇ ਲਾਉਣ ਲੱਗੀ ਹਾਂ, ਅਤੇ ਕਮਰ ਦਾ ਨਿਸ਼ਾਨ ਫਿਰ 10.5 ਇੰਚ 'ਤੇ, ਹੈ ਨਾ। ਅਤੇ ਇਹਨਾਂ ਸਾਰੇ ਨਿਸ਼ਾਨਾਂ ਨੂੰ ਇਸ ਤਰ੍ਹਾਂ ਆਪਾਂ ਮਿਲਾ ਲੈਣਾ ਵਾ, ਅਤੇ ਫਿਰ ਕਮਰ ਦੇ ਨਿਸ਼ਾਨ ਤੋਂ ਲੈ ਕੇ ਥੱਲੇ ਤੱਕ ਜਿਹੜਾ ਹੈਗਾ ਸ਼ਰਟ ਦੀ ਚੌੜਾਈ ਪੂਰੀ ਜਿੰਨੀ ਹੈਗੀ ਆ ਉੰਨੀ ਹੋਈ ਰੱਖ ਕੇ ਵਿੜਥ, ਅਤੇ ਕਮਰ ਦੇ ਨਿਸ਼ਾਨ ਤੱਕ ਉੱਪਰ ਤੱਕ ਮਿਲਾ ਲੈਣੀ ਆ ਆਪਾਂ, ਹੈ ਨਾ, ਇਸ ਤਰ੍ਹਾਂ ਨਿਸ਼ਾਨ ਲਾ ਲੈਣਾ। ਅਤੇ ਬਿਕੋਜ਼ ਇਹ ਥੱਲਿਓਂ ਏ ਲਾਈਨ ਸ਼ਰਟ ਹੈਗੀ ਆ ਅਤੇ ਥੱਲਿਓਂ ਖੁੱਲ੍ਹੀ ਹੋਈ ਰੱਖਣੀ ਆ ਆਪਾਂ, ਉਹ ਤੋਂ ਬਾਅਦ 'ਚ ਮੋਢਿਆਂ ਦੇ ਉੱਤੇ ਜਿਹੜਾ ਹੈਗਾ ਉਹ ਇਸ ਤਰ੍ਹਾਂ ਗੁਲਾਈ ਦੇ ਨਾਲ ਕਟਿੰਗ ਕਰਕੇ, ਅਤੇ ਫਿਰ ਸਾਈਡ ਦੀ ਕਟਿੰਗ ਕਰ ਲੈਣੀ ਆ ਫਿਟਿੰਗ ਦੀ, ਉਹਦੇ ਨਾਲ ਜਿਵੇਂ ਆਪਾਂ ਮਾਰਜਿਨ ਰੱਖ ਕੇ ਨਾ, ਅਤੇ ਥੱਲੇ ਤੱਕ ਉਹਦੀ ਇਸ ਤਰ੍ਹਾਂ ਕਟਿੰਗ ਕਰ ਲੈਣੀ ਆ। ਅਤੇ ਫਿਰ ਚੈਸਟ ਦੇ ਉੱਤੇ ਛੋਟਾ ਜਿਹਾ ਇਸ ਤਰ੍ਹਾਂ ਕੱਟ ਲਾ ਕੇ, ਅਤੇ ਫਿਰ ਮੋਢਿਆਂ ਦੇ ਉੱਤੇ ਅਬਾਊਟ 1/2 ਇੰਚ ਦੀ ਇਸ ਤਰ੍ਹਾਂ ਅਰੇਬ ਦੇ ਲੈਣੀ ਆ ਅਤੇ ਉਹਨੂੰ ਕੱਟ ਲੈਣਾ। ਅਤੇ ਉਹ ਤੋਂ ਬਾਅਦ 'ਚ ਆਪਾਂ ਜਿਹੜਾ ਗਲਾ ਵਾ ਉਹਦੀ ਕਟਿੰਗ ਕਰਨੀ ਆ, ਅਤੇ ਫਰੰਟ ਨੈਕ ਆ ਜਿਹੜਾ ਆਪਾਂ ਉਹਦੀ 3 ਇੰਚ ਜਿਹੜੀ ਚੌੜਾਈ ਆ ਅਤੇ 3 ਇੰਚੀ ਉਹਦੀ ਜਿਹੜੀ ਡੈਪਥ ਆ ਉਹ ਲਵਾਂਗੇ, ਅਤੇ ਉਹ ਤੋਂ ਬਾਅਦ 'ਚ ਇਹਨੂੰ ਇਸ ਤਰ੍ਹਾਂ ਰਾਊਂਡ ਸ਼ੇਪ ਦੇ ਕੇ ਅਤੇ ਇਹਨੂੰ ਕੱਟ ਕਰ ਲਵਾਂਗੇ। ਅਤੇ ਇਹਦੇ ਨਾਲ ਹੀ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤਾਂ ਇਸ ਤਰ੍ਹਾਂ ਹੁਣ ਆਪਾਂ ਨਾ ਗਲੇ ਦੀ ਕਟਿੰਗ ਕਰਕੇ, ਅਤੇ ਉਹ ਤੋਂ ਬਾਅਦ 'ਚ ਜਿਹੜਾ ਕੁੜਤੀ ਦਾ ਫਰੰਟ ਆ ਇਹਨੂੰ ਆਪਾਂ ਬਿਲਕੁਲ ਮਿਡਲ ਦੇ ਵਿੱਚੋਂ ਇਸ ਤਰ੍ਹਾਂ 2 ਪੀਸਿਸ ਦੇ ਵਿੱਚ ਕੱਟ ਕਰ ਲਵਾਂਗੇ, ਬਿਕੋਜ਼ ਆਪਾਂ ਇਹ ਫਰੰਟ ਸਲਿੱਟ ਵਾਲੀ ਕੁੜਤੀ ਬਣਾਉਣੀ ਆ, ਇਹ ਸ਼ੇਪ ਵਿਦ ਫਰੰਟ ਸਲਿੱਟ, ਤਾਂ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਅਤੇ ਫਿਰ ਇਹਦੇ ਉੱਤੇ ਜਿਹੜੀ ਮਗਜ਼ੀ ਹੈਗੀ ਆ ਦੋਵਾਂ ਪਾਸਿਆਂ ਦੇ ਉੱਤੇ ਉਹ ਲਾ ਲਵਾਂਗੇ। ਅਤੇ ਉਹਦੇ ਵਾਸਤੇ ਮੈਂ ਜਿਹੜਾ ਆਪਣਾ ਰੈੱਡ ਬੋਰਡਰ ਇਹਦਾ ਦੁਪੱਟੇ ਦਾ ਕੱਟਿਆ ਸੀ ਉਹੀ ਮੈਂ ਯੂਜ਼ ਕਰੂੰਗੀ ਇਹਦੇ ਫਰੰਟ ਦੇ ਉੱਤੇ ਜਿਹੜੇ ਲਾਉਣ ਵਾਸਤੇ ਮਗਜ਼ੀ। ਜੇ ਜਿਵੇਂ ਤੁਸੀਂ ਕੁਛ ਲੇਸ ਵਗੈਰਾ ਲਾਉਣੀ ਚਾਹੋ ਜਾਂ ਕੋਈ ਹੋਰ ਪਾਈਪਿੰਗ ਵਗੈਰਾ ਲਾਉਣੀ ਚਾਹੋ ਤਾਂ ਉਸ ਤਰ੍ਹਾਂ ਉਹ ਵੀ ਲਾ ਸਕਦੇ ਹਾਂ। ਅਤੇ ਇਹ ਮੇਰੀ ਸ਼ਰਟ ਦੀ ਬੈਕ ਆ, ਇਹਦਾ ਨੈੱਕ ਆ ਜਿਹੜਾ ਉਹ ਜਸਟ 1/2 ਇੰਚ ਦੀ ਡੂੰਘਾਈ ਦੇ ਨਾਲ ਹੀ ਆਪਾਂ ਕੱਟਣਾ, ਅਤੇ ਚੌੜਾਈ ਉਹਦੀ 3 ਇੰਚ ਹੀ ਰਹਿਣ ਦੇਣੀ ਆ ਜਿਵੇਂ ਫਰੰਟ ਦੇ ਗਲੇ ਦੀ ਆ, ਹੈ ਨਾ। ਹੁਣ ਮੈਂ ਸਲੀਵਸ ਕੱਟਣੀ ਆ, ਅਤੇ ਇਹਦੇ ਵਾਸਤੇ ਨਾ ਇਹ ਕੱਪੜਾ ਬਹੁਤ ਥੋੜ੍ਹਾ ਜਿਹੜਾ ਇਹ ਸ਼ਰਟ ਦੇ ਸਾਈਡਸ ਤੋਂ ਨਿਕਲਿਆ ਹੋਇਆ ਕੱਪੜਾ ਨਾ, ਤਾਂ ਇਹਦੇ ਵਿੱਚ ਮੈਂ ਜੁਆਇੰਟਸ ਪਾ ਕੇ ਫਿਰ ਇਹਦੀਆਂ ਸਲੀਵਸ ਬਣਾਉਣੀਆਂ ਵਾ, ਨਹੀਂ ਤਾਂ ਕੱਪੜਾ ਮੇਰੇ ਕੋਲ ਇਨਫ ਨਹੀਂ ਹੈਗਾ ਜਿਵੇਂ ਜਿੰਨੇ ਕੁ ਲੈਂਥ ਦੀਆਂ ਮੈਂ ਬਣਾਉਣੀਆਂ ਵਾ, ਅਬਾਊਟ 3/4 ਸਲੀਵਸ, ਹੈ ਨਾ। ਤਾਂ ਇਹਨਾਂ ਨੂੰ ਮੈਂ ਇਸ ਤਰ੍ਹਾਂ ਜਿਵੇਂ ਜੋੜ ਪਾ ਕੇ ਇਸ ਤਰ੍ਹਾਂ 3 ਇੰਚ ਦੇ ਮੈਂ ਸਟ੍ਰਿਪਸ ਕੱਟਣ ਲੱਗੀ ਹਾਂ, ਅਤੇ ਉਹਨਾਂ ਨੂੰ ਆਪਸ ਵਿੱਚ ਜੋੜ ਕੇ ਇਹਨੂੰ ਰੈੱਡ ਨੂੰ ਵੀ ਵਿੱਚ ਐਡ ਕਰਕੇ ਨਾ, ਅਤੇ ਫਿਰ ਮੈਂ ਜਿਵੇਂ ਲੈਂਥ ਤਿਆਰ ਕਰਨੀ ਆ ਆਪਦੀਆਂ ਸਲੀਵਸ ਵਾਸਤੇ, ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿਵੇਂ ਕਰਦੀ ਹਾਂ ਹੁਣ ਮੈਂ। ਤਾਂ ਇਹ ਜਿਹੜੀਆਂ ਸਟ੍ਰਿਪਸ ਕੱਟੀਆਂ ਵਾ ਨਾ ਇਹਨਾਂ ਨੂੰ ਇਸ ਤਰ੍ਹਾਂ ਜੋੜ ਲੈਣਾ ਵਾ ਜਿਵੇਂ ਪ੍ਰਿੰਟਡ ਦੇ ਉੱਤੇ ਨਾਲ ਇੱਕ ਰੈੱਡ ਇੱਕ ਪ੍ਰਿੰਟਡ ਲਾ ਕੇ, ਅਤੇ ਇਹਨਾਂ ਨੂੰ ਇਸ ਤਰ੍ਹਾਂ ਕੁਛ ਮੈਂ ਤੁਹਾਨੂੰ ਰੱਖ ਕੇ ਦਿਖਾ ਦਿੰਦੀ ਹਾਂ, ਆਈਡੀਆ ਹੋ ਜੂਗਾ ਕਿਸ ਤਰ੍ਹਾਂ ਦੀ ਲੱਗਦੀ ਆ। ਇਹ ਇੱਕ ਬਿਊਟੀਫੁਲ ਡਿਜ਼ਾਈਨ ਵੀ ਬਣ ਜਾਣਾ ਅਤੇ ਮੇਰੇ ਕੋਲ ਜਿਵੇਂ ਲੈਂਥ ਵੀ ਇਨਫ ਹੋ ਜੂਗੀ ਫਿਰ ਮੇਰੀ ਸਲੀਵ ਵਾਸਤੇ। ਅਤੇ ਹੁਣ ਮੈਂ ਇਹਨਾਂ ਨੂੰ ਸਾਰੀਆਂ ਨੂੰ ਇਸ ਤਰ੍ਹਾਂ ਜੋੜ ਲੈਣਾ ਵਾ, ਅਤੇ ਉਹ ਤੋਂ ਬਾਅਦ 'ਚ ਫਿਰ ਮੈਂ ਪ੍ਰੈੱਸ ਕਰਕੇ ਤੁਹਾਨੂੰ ਦਿਖਾਉਂਦੀ ਹਾਂ ਕਿ ਇਹ ਕਿਵੇਂ
रेडी हो रही है स्लीव है ना। तो हुण ना रेडी होण तों बाद स्लीव की जिहड़ी लेंथ आ उह 18 इंच हैगी आ ते विड्थ अबाउट 9 इंच है ना। तो हुण मैं यह जिहड़ी आर्म होल आ उहदे लई साइड ते 3 इंच ते मार्क ला के ते उहनूं इस तरह गलाई दे के कट कर लेना। तो ये हुण आर्म होल की जिहड़ी कटिंग आ उह हो गई आ ते उह तों बाद च जिहड़ा आर्म होल दे उत्ते ना 8.5 इंच दे उत्ते मार्क ला के ते जिहड़ा फ्रंट आ स्लीव दा उह मैं 5 इंच रखना तां उत्थे मार्क ला के मार्जिन रख के 1 इंच दा ते उत्थों आपां स्लीव्स नूं कट कर लेना। हुण इह जिहड़ी रैड स्ट्रिप आपां साइड्स तों कट्टी सीगी ना दुपट्टे दे उहनूं यूज़ करना वा जिहड़ी फ्रंट स्लिट आ उहदे उत्ते लाउण वास्ते। ते इहदी चौड़ाई अबाउट 3 इंच हैगी आ ते इह 2 स्ट्रिप्स लाउणी आ आपां दोनों साइड्स ते। इस तरह करके सिलाई करके ना इहनूं फोल्ड कर लेना उपर नूं ते दूसरे पासे भी इस तरह इहनूं उपर रख के सीधा पासा थले करके इस तरह सिलाई कर लेनी है उपरों ते उहनूं थले नूं फोल्ड कर देना वा। इस तरह मैं थोड़ा दिखाउंदी हाँ इस तरह करके है ना जिवें बिल्कुल इहनूं थले नूं फोल्ड कर देना वा। ते इह मैं हुण सिउं के ते इहनां नूं प्रेस कर लिया सीगा ते कुछ इस तरह दीआं लगदीआं जिवें हुण तुसीं देख सकदे आ इह इक उपर नूं फोल्ड कीती हुई है मैं इस तरह ते दूजी इस तरह थले नूं फोल्ड कीती हुई आ। तो हुण इस तरह एक दे उपर दूसरी नूं रख के ते आपां सिलाई ला लेनी आ ते पर मेक श्योर करना भी जिहड़ी रैड स्ट्रिप है ना थल्लों वह थोड़ी जी जिवें अबाउट लैस दैन 1/2 इंच उन्नी कु दिसदी रहे। तो इस तरह मैं इहदे उत्ते सारे ते सिलाई ला लेनी आ ते थल्लों जिहड़ी हैगी आ उह स्लिट आ फ्रंट स्लिट उह रखनी आ खुल्ली तां उह अबाउट मैं 7 इंच थल्लों ना खुल्ली रखूँगी शर्ट इहनूं है ना। इस तरह यह बहुत ही प्यारा डिज़ाइन बन के जिमें तैयार हो जूगा। तो हुण यह जिमें मैं इहदियां स्लीव्स आ जिहड़ियां उन्हां सीधियां करके तो शर्ट नूं पुट्ठी करके उन्हां इस तरह विच पा के स्लीव्स नूं जोड़ लिया। तो इस तरह ब्यूटीफुल डिज़ाइन रेडी होया शर्ट का। तो हुण आपां ना नैक रेडी करन लगे हाँ इहदा आपां राउंड नैक बनाउणा वा। उहदे वास्ते मैं यह बुकरम का पीस लिया वा जिहदी विड्थ 5 इंच ते लेंथ अबाउट 18 इंच हैगी है। जदों आपां फ्रंट नैक कट्टिया सी ना उहदा इह कपड़ा जिहड़ा हैगा उह मैं रख्या होया सीगा मेजर करन वास्ते तां उह कपड़े नूं इस तरह 2 वारी रख के उपर सी इस तरह निशान लाउणा वा ते थल्ले भी निशान इस तरह ला के ते मार्क कर लेना वा। तो ये अपने को प्रोपर जी राउंड नैक की शेप वह जी तैयार हो जाती है तो प्रोपर साइज़ आता वा इस तरह कट्टण दे नाल। ते उस तो बाद इनू इस तरह कट के ते फ्रंट ते थोड़ा जिहा इस तरह राउंड शेप दे देनी है। तो इस तरह अपने को जिहड़ा जिवें बैन आ जां राउंड नैक आ तैयार हो जाता। उहनू आपां फिर ना मैचिंग कपड़े दे उत्ते रख के पेस्ट कर लेना तो इस तरह उन्हों बाहरली साइड ते कपड़े नू फोल्ड कर लेना ते उते सिलाई ला लेनी है। ते उतों बाद च एक होर सेम साइज़ दा कपड़ा कटना वा जिवें आपां इह कट्टिया सीगा जिहदे उते पेस्ट कीता ते उन्हों भी इहदे नाल इस तरह करके अंदरली साइड ते जोड़ लेना जिहड़ी कर्व दी अंदरली साइड उन्हों इस तरह जोड़ लेना बिल्कुल किनारे किनारे ते। तो मेक श्योर भी जिहड़ी सिलाई आ उह बुकरम दे उत्ते नहीं लाउणी हैगी आपां जस्ट साइड ते लाउणी है। तो फिर उहनूं ना कट्स ला के छोटे छोटे इस तरह तो उहनूं सीधा कर लेना वा इह कॉलर दी शेप अपने कोल रेडी हो जूगी। तो उस तों बाद च आपां इहनूं हुण प्रेस कर लेना। तो मैं प्रेस कर लिया सीगा उस तों बाद च जिहड़ी बैक दी नैक दी हैगी है ना सेंटर उहदे उत्ते कट ला लेना निक्का जिहा ते कॉलर दे भी बिल्कुल सेंटर दे विच कट ला लेना। तो उहनां दोवां नूं जिवें एक दूजे दे उपर रख के ते आपां सिलाई ला लेनी आ ते कॉलर नूं जिवें इस तरह सिउं लेना। तो इस तरह जिहड़ा कॉलर आ उह प्रोपरली फिट हुंदा वा जिवें एक साइड वध ते इक जिवें घट नहीं रहिंदी ते प्रोपर जिमें सी एंड तक नाइसली फिट हो जाता। तो फिर उन्होंने आपां कॉलर नूं जिमें बाहरली साइड ते नूं सीधा इस तरह करके ते बाहरली साइड ते भी सिलाई ला लेनी है ना। तो दैट्स इट कॉलर आ जिहड़ा अपना ये रेडी हो जूगा।
ਅਤੇ ਮੇਕ ਸ਼ੋਰ ਕਰਨਾ ਵੀ ਆਪਾਂ ਜਿਵੇਂ ਕੋਈ ਵੀ ਕੱਪੜਾ ਕੋਲਰ ਨੂੰ ਜਾਂ ਕੱਪੜੇ ਨੂੰ ਸ਼ਰਟ ਦੇ ਨੂੰ ਜਿਵੇਂ ਖਿੱਚਣਾ ਨਹੀਂ ਹੈਗਾ, ਬਿਲਕੁਲ ਜਿਵੇਂ ਨੋਰਮਲ ਰੱਖ ਕੇ ਦੋਵਾਂ ਕੱਪੜਿਆਂ ਨੂੰ ਇਸ ਤਰ੍ਹਾਂ ਸਿਲਾਈ ਲਾਉਣੀ ਆ। ਅਤੇ ਇਸ ਤਰ੍ਹਾਂ ਆਪਣਾ ਹੁਣ ਕੋਲਰ ਰੈਡੀ ਹੋ ਗਿਆ, ਲੁੱਕਸ ਸੋ ਬਿਊਟੀਫੁਲ, ਅਤੇ ਬਹੁਤ ਹੀ ਸੋਹਣਾ ਕੋਲਰ ਰੈਡੀ ਹੋਇਆ ਵਾ। ਅਤੇ ਸ਼ਰਟ ਆਲਮੋਸਟ ਡਨ ਹੋ ਗਈ ਆ, ਹੁਣ ਬਸ ਇਹਨੂੰ ਮੈਂ ਨਾ ਰੈੱਡ ਬਟਨਸ ਥੋੜ੍ਹੇ ਜਿਹੇ ਲਾ ਕੇ ਫਰੰਟ 'ਤੇ, ਅਤੇ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਉਣੀ ਆ ਕਿ ਇਸ ਤਰ੍ਹਾਂ ਦੀ ਲੱਗਦਾ। ਤਾਂ ਜੀ ਇਹ ਮੇਰੀ ਕੁੜਤੀ ਦੀ ਫਾਈਨਲ ਲੁੱਕ ਆ, ਇਸ ਤਰ੍ਹਾਂ ਕੁਛ ਬਣ ਕੇ ਇਹ ਤਿਆਰ ਹੋਈ ਆ। ਬਿਊਟੀਫੁਲ ਨੈਕ ਅਤੇ ਸਲੀਵਸ ਵੀ ਬਹੁਤ ਸੋਹਣੇ ਬਣੇ ਆ, ਅਤੇ ਨੈਕ ਥੋੜ੍ਹਾ ਜਿਹਾ ਉੱਪਰੋਂ ਮੈਂ ਖੁੱਲ੍ਹਾ ਰੱਖਿਆ ਵਾ, ਅਬਾਊਟ 3 ਇੰਚ ਜਿਵੇਂ ਕੋਲਰਸ ਤੋਂ ਥੱਲੇ, ਅਤੇ ਬਾਕੀ ਮੈਂ ਥੱਲੇ ਤੱਕ ਜਿਵੇਂ ਬਟਨ ਲਾਤੇ ਆ, ਅਤੇ ਥੱਲੇ ਮੈਂ ਸਲਿਟ ਰੱਖੀ ਆ ਓਪਨ। ਅਤੇ ਇਸ ਤਰ੍ਹਾਂ ਇਹ ਬਹੁਤ ਸੋਹਣੀ ਬਿਊਟੀਫੁਲ ਸਮਰ ਵਾਲੀ ਕੁੜਤੀ ਬਣ ਕੇ ਤਿਆਰ ਹੋਈ ਆ। ਇਹਦੇ ਥੱਲੇ ਦੀ ਕੋਈ ਲਾਈਨਿੰਗ ਵਗੈਰਾ ਲਾਉਣ ਦੀ ਲੋੜ ਨਹੀਂ ਸੀ, ਬਿਕੋਜ਼ ਦੁਪੱਟਾ ਕਾਫੀ ਥਿੱਕ ਸੀ ਅਤੇ ਸੀ ਥਰੂ ਨਹੀਂ ਹੈਗਾ ਇਹ। ਤਾਂ ਜੀ ਇਹ ਸੀ ਮੇਰੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਐਂਡ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ। ਤਾਂ ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ। ਥੈਂਕਸ, ਬਾਏ।